ਟਾਈਮ ਜ਼ਿਆਦਾ ਲੱਗ ਰਿਹਾ ਹੈ 4 ਮਿੰਟ ਤੇ ਹੀ ਚੜਾਈ ਚੜਦੀ ਹੈ ਸੁੱਖਾ ਜੀ ਡਾਇਰੈਕਸ਼ਨ ਦਿੰਦੇ ਹੋਏ ਪਿੱਛੇ ਨੂੰ ਆਇਆ ਸਵੇਰ ਦੇ ਇਸ ਟਾਈਮ ਵੱਜ ਗਏ ਨੇ 9:26 ਹਲੇ ਪਹਿਲਾ ਕੱਟ ਆ ਸਾਡਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਪਿਆਰਾ ਸ਼ਬਦ ਮੁਕੇਸ਼ ਜੀ ਦੀ ਆਵਾਜ਼ ਵਿੱਚ ਜਲਦੀ ਹੀ ਬੱਲਾ ਟੀਵੀ 'ਤੇ ਰਿਲੀਜ਼ ਕੀਤਾ ਜਾਵੇਗਾ ਸਾਡੇ ਨਾਲ ਇੱਕ ਸਿੰਗਰ ਹੋਰ ਮਿਲਾਉਣਾ ਚਾਹੁੰਦਾ ਦੀਪਕ ਕੁਮਾਰ ਜੀ ਜਿਨ੍ਹਾਂ ਦਾ ਪਹਿਲਾਂ ਵੀ ਤੁਸੀਂ ਸ਼ਬਦ ਬੱਲਾ ਟੀਵੀ 'ਤੇ ਸੁਣਿਆ ਹੋਵੇਗਾ ਜੈ ਗੁਰਦੇਵ ਹਾਂਜੀ ਦੀਪਕ ਜੀ ਕੀ ਕਹਿਣਾ ਚਾਹੋਗੇ ਅੱਜ ਮੁਕੇਸ਼ ਜੱਸਲ ਜੀ ਦਾ ਜਿਹੜਾ ਗੀਤ ਆ ਸਤਿਗੁਰੂ ਜੀ ਦੀ ਕਿਰਪਾ ਨਾਲ ਆਡੀਓ ਦੀ ਹੋ ਗਈ ਅਤੇ ਅੱਜ ਸਾਡੇ ਭਰਾਵਾਂ ਦੇ ਸਦਕੇ ਅਤੇ ਸ਼ੂਟ ਆਪਾਂ ਰੇਡੀ ਕਰ ਰਹੇ ਹਾਂ ਚਲੋ ਸਤਿਗੁਰੂ ਜੀ ਦੀ ਕਿਰਪਾ ਨਾਲ ਤਾਂ ਜੋ ਇਸ ਗੀਤ ਦੇ ਬੋਲ ਨੇ ਉਹ ਭਰਾ ਨੇ ਲਿਖੇ ਨੇ ਅਤੇ ਕੰਪੋਜ਼ ਵੀ ਅਤੇ ਬਸ ਕੋਸ਼ਿਸ਼ ਹੈ ਕਿ ਮਾਲਕ ਵਧੀਆ ਕੰਮ ਕਰੇ ਉਮੀਦ ਕਰਦੇ ਹਾਂ ਦੀਪਕ ਜੀ ਦੇ ਸ਼ਬਦ ਜੈ ਗੁਰਦੇਵ ਨੂੰ ਵੀ ਪਿਆਰ ਦਿੱਤਾ ਸੀ ਮੁਕੇਸ਼ ਦੇ ਵੀ ਮੁਕੇਸ਼ ਜੀ ਆਇਓ ਮਾੜਾ ਜਿਹਾ ਆਹ ਸਾਡੇ ਸੁੱਖਾ ਜੀ ਨੇ ਕੈਮਰਾਮੈਨ ਇਹਨਾਂ ਨੇ ਸਾਨੂੰ 4 ਵਾਰੀ ਚੜ੍ਹਾਈ ਚੜ੍ਹਾ ਦਿੱਤੀ ਆ ਪੰਜਵੀਂ ਵਾਰੀ ਅਸੀਂ ਬਾਬਾ ਜੀ ਚੱਲੇ ਹਾਂ ਠੀਕ ਹੈ ਜੀ ਮਿਲਦੇ ਹਾਂ ਅਗਲੇ ਘਰ ਮੁਕੇਸ਼ ਅਤੇ ਦੀਪਕ ਹੌਲੀ ਹੌਲੀ ਆ ਰਹੇ ਨੇ ਆ ਜਾਓ ਹਲੇ ਬਹੁਤ ਉੱਪਰ ਜਾਣਾ ਹਾਂਜੀ ਦੋਸਤੋ ਸ਼ੂਟ ਤਾਂ ਨਾਲ ਨਾਲ ਚੱਲੀ ਜਾਣਾ ਹੁਣ ਤੁਹਾਨੂੰ ਦੀਪਕ ਜੀ ਦੇ ਨਾਲ ਵੀ ਰੂਬਰੂ ਕਰਾਉਂਦੇ ਹਾਂ ਹਾਂਜੀ ਦੀਪਕ ਜੀ ਕਿੱਦਾਂ ਲੱਗ ਰਿਹਾ ਬਸ ਭਾਈ ਵਧੀਆ ਜੀ ਚਲੋ ਚੱਲਦੇ ਚੱਲਦੇ ਕਰਦੇ ਹਾਂ ਗੱਲ ਹਾਂਜੀ ਹਾਂਜੀ ਜ਼ਰੂਰ ਜੀ ਅੱਜ ਸ਼ੂਟ ਚੱਲ ਰਿਹਾ ਮੁਕੇਸ਼ ਜੀ ਦਾ ਧਾਰਮਿਕ ਗੀਤ ਉੱਤੇ ਬਹੁਤ ਜਲਦੀ ਅਪੀਲ ਕਰਾ ਕੇ ਕਿਰਪਾ ਨਾਲ ਹਾਂਜੀ ਹਾਂਜੀ ਕੁਛ ਹੋਰ ਕੀ ਕਹਿਣਾ ਚਾਹੁੰਦੇ ਹੋ ਬਾਕੀ ਲੋਕੇਸ਼ਨ ਵਾਈਜ਼ ਬਹੁਤ ਵਧੀਆ ਯਾਨੀ ਕਿ ਲੋਕੇਸ਼ਨ ਆ ਆਲਾ ਦੁਆਲਾ ਦੇਖੋ ਇੱਧਰਲੀ ਸਾਈਡ 'ਤੇ ਦੇਖੋ ਭਾਅ ਜੀ ਘੁੰਮਾ ਕੇ ਦਿਲ ਦੇਖੋ ਕਿੰਨਾ ਵਧੀਆ ਯਾਨੀ ਕਿ ਲੋਕੇਸ਼ਨ ਦੇਖੋ ਨੇਚਰ ਕਿੰਨਾ ਦੇਖੋ ਸੁੰਦਰਤਾ ਦੇਖੋ ਕਿੰਨੀ ਸੋਹਣੀ ਹੈ ਨਾ ਅਸੀਂ ਲੋਕ ਕਿਸੇ ਵੇਲੇ ਨਜ਼ਰਅੰਦਾਜ਼ ਕਰ ਦਿੰਦੇ ਇਹਨਾਂ ਚੀਜ਼ਾਂ ਨੂੰ ਪਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹਰ ਪਾਸੇ ਹਰਿਆਲੀ ਕੁਦਰਤ ਦੇ ਟੱਚ 'ਚ ਰਹਿ ਕੇ ਇੱਕ ਅਲੱਗ ਹੀ ਫੀਲ ਆ ਆਦਮੀ ਨੂੰ ਸੰਤੁਸ਼ਟੀ ਜਿਹਨੂੰ ਕਹਿੰਦੇ ਆ ਸ਼ਾਂਤੀ ਬੜੀ ਮਿਲਦੀ ਆ ਬੜਾ ਜਾਨੀ ਕਿ ਅੱਛਾ ਲੱਗਦਾ ਵਿੱਚ ਵੀ ਹਵਾ ਵੀ ਦੇਖੋ ਕੈਸੇ ਚੱਲ ਰਹੀ ਹੈ ਆਨੰਦਮਈ ਮਾਹੌਲ ਹੈ ਇੱਥੇ ਜੀ ਸੋ ਲੋਕੇਸ਼ਨ ਵਾਈਜ਼ ਵੀ ਬੜਾ ਅੱਛਾ ਹੈ ਸ਼ਬਦ ਦੇ ਅਕੋਰਡਿੰਗ ਵੀ ਕੋਈ ਲੋਕੇਸ਼ਨ ਨੂੰ ਦੇਖ ਕੇ ਤੁਹਾਨੂੰ ਕੋਈ ਗੀਤ ਯਾਦ ਆ ਰਿਹਾ ਹੋਵੇ ਕੋਈ ਸੁਣਾਉਣਾ ਚਾਹੁੰਦੇ ਹੋ ਹਾਂਜੀ ਗੀਤ ਤਾਂ ਜੀ ਇੱਥੇ ਗੁਣਗੁਣਾਉਂਦਾ ਨੇਚਰ ਨਾਲ ਜਦੋਂ ਹੋਵੇ ਬੰਦਾ ਦਿਲ ਕਰਦਾ ਹੀ ਰਹਿੰਦਾ ਅਤੇ ਕੋਈ ਖਾਸ ਤਾਂ ਚਲੋ ਖਾਨ ਸਾਹਿਬ ਦੀ ਆ ਥੋੜ੍ਹਾ ਨੇਚਰ ਦਾ ਡੈਡੀਕੇਟ ਹੀ ਆਪਾਂ ਕਰ ਦਈਏ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜ਼ਰੂਰ 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 ਕਿੰਨਾ ਸੋਹਣਾ ਤੈਨੂੰ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰ ਦੇਖਦਾ ਰਵਾਂ ਦਿਲ ਮੁੜਦਾ ਨੀ ਲੱਖ ਸਮਝਾਇਆ ਦਿਲ ਮੁੜਦਾ ਨੀ ਲੱਖ ਸਮਝਾਇਆ ਜੀ ਕਰ ਦੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਜੀ ਨੇਚਰ ਬਹੁਤ ਵਧੀਆ ਹੈ ਸੋ ਇੱਥੇ ਤਾਂ ਦਿਲ ਕਰਦਾ ਬਸ ਇੱਥੇ ਹੀ ਰਹੀਏ ਹਾਂਜੀ ਹਾਂਜੀ ਜੀ ਜ਼ਰੂਰ ਜ਼ਰੂਰ ਜੀ ਬਹੁਤ ਵਧੀਆ ਗੀਤ ਸੀ ਸ਼ੁਕਰੀਆ ਜੀ ਹਾਂਜੀ ਦੀਪਕ ਜੀ ਤੁਹਾਡੇ ਨਾਲ ਅਸੀਂ ਦੁਬਾਰਾ ਵੀ ਰਾਬਤਾ ਕਰਾਂਗੇ ਪਹਿਲਾਂ ਆਪਾਂ ਜ਼ਰੂਰ ਜੀ ਹਾਂਜੀ ਕਰੀਏ ਜੀ ਸ਼ੂਟ ਨੈਕਸਟ ਸ਼ੂਟ ਜਿਹੜਾ ਟੇਕ ਲੈਣਾ ਉਹਦੀ ਤਿਆਰੀ ਆ ਸੁੱਖਾ ਭਾਅ ਜੀ ਵੇਟ ਕਰ ਰਹੇ ਨੇ ਅਤੇ ਮੁਕੇਸ਼ ਜੀ ਵੀ ਰੈਡੀ ਨੇ ਨੈਕਸਟ ਟੇਕ ਲਈ
ਤੇ ਹੁਣ ਤੁਹਾਡੇ ਨਾਲ ਲੋਕੇਸ਼ਨ ਦੀ ਗੱਲਬਾਤ ਕਰਨਗੇ ਸਾਡੇ ਸੁੱਖਾ ਜੀ। ਅਸੀਂ ਇੱਕ ਸਸਤਾ ਜਿਹਾ ਅਸੀਂ ਮੇਕਅਪ ਵਾਲਾ ਵੀ ਲਿਆਉਂਦਾ ਨਾਲ, ਉਹ ਅਸੀਂ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਦੇਖੋ ਜੀ ਕਿਆ ਬਾਤ ਹੈ, ਮੇਕਅਪ ਤੁਹਾਨੂੰ ਦਿਖਾਉਣਾ ਨਹੀਂ ਅਸੀਂ, ਪੈਸੇ ਅਸੀਂ ਦੇਣੇ ਹੀ ਨਹੀਂ। ਆ ਜੀ ਸਾਡੇ ਬਹੁਤ ਵਧੀਆ ਸ਼ੂਟ ਚੱਲ ਰਿਹਾ, ਔਰ ਸਾਡੀ ਇੱਕ ਲੋਕੇਸ਼ਨ ਹਲੇ ਹੋਈ ਆ, ਹੁਣ ਅਸੀਂ ਦੂਸਰੀ ਲੋਕੇਸ਼ਨ 'ਤੇ ਪਹੁੰਚੇ ਹਾਂ। ਇਹ ਪੂਰਾ ਪੂਰੀ ਜਿੰਨੀ ਹੈਗੀ ਆ ਪਹਾੜ ਆ, ਇਹ ਬਲੈਕ ਕਲਰ ਦਾ ਲੋਕੇਸ਼ਨ ਜਿਹੜੀ ਆ, ਬਹੁਤ ਹੀ ਵਧੀਆ ਲੋਕੇਸ਼ਨ ਆ ਅਤੇ ਵਧੀਆ ਸ਼ੂਟ ਚੱਲ ਰਿਹਾ ਸਾਡਾ। ਚਲੋ ਜੀ ਆਪਾਂ, ਦੀਪੂ ਪਹਿਲੀ ਵਾਰੀ ਆਇਆ ਸਾਡੇ ਨਾਲ, ਜਿੱਦਾਂ ਇਹਨੂੰ ਸਾਹ ਵਾਲ ਚੜ੍ਹ ਗਿਆ ਉੱਪਰ ਆਇਆ ਤਾਂ। ਇਹ ਮੁੰਡੇ ਨੇ ਦੋ ਲੱਡੂ ਖਾਧੇ, ਇੱਕ ਪਤੀਸਾ ਖਾਧਾ ਅਤੇ ਹੁਣ ਸਾਹ ਚੜ੍ਹ ਗਿਆ ਇਹਨੂੰ। ਹਾਂਜੀ ਦੀਪੂ ਜੀ ਕੀ ਕਹਿਣਾ ਚਾਹੁੰਦਾ? ਇਹ ਮੁੰਡਾ ਹਲੇ ਸੰਗਦਾ ਸੰਗਦਾ ਹਾਂਜੀ, ਮੇਕਅਪ ਵਾਲੇ। ਚਲੋ ਰੁਮਾਲ ਬਣਾਓ, ਮੇਕਅਪ ਦੇਖਿਓ ਜੀ, ਇਹ ਸਾਡੇ ਕਮੈਂਟ ਕਰਕੇ ਦੱਸਿਓ ਮੇਕਅਪ ਦਾ ਨਾ ਹੀ, ਹੁਣ ਕਮੈਂਟ ਤਾਂ ਵਧੀਆ ਕਮੈਂਟ ਕਰਕੇ ਦੱਸਿਓ। ਹਾਂਜੀ ਆ ਭਾਈ ਤੁਸੀਂ ਵੀ ਦੱਸੋ ਆਪਣਾ ਨਾਮ। ਨਾਮ ਦਿਲਪ੍ਰੀਤ, ਢਾਈ ਗੁਣ ਭਰਪੂਰ ਨੇ ਇਹ, ਢਾਈ ਗੁਣ ਗੱਡੀ ਵੀ ਚਲਾ ਲੈਂਦੇ, ਤਬਲਾ ਵੀ ਚਲਾ ਲੈਂਦੇ ਆ, ਚਲਾ ਨੀ ਲੈਂਦੇ ਵਜਾ ਲੈਂਦੇ, ਵਜਾ ਲੈਂਦੇ ਆ, ਤਬਲਾ ਨੀ ਢਾਈ ਗੁਣ ਆ ਇਹ। ਚਲੋ ਜੀ ਆਪਾਂ ਕਰੀਏ ਤਿਆਰੀ ਨੈਕਸਟ ਟੇਕ ਦੀ, ਤੋ ਨੈਕਸਟ ਲੋਕੇਸ਼ਨ 'ਤੇ ਮਿਲਾਂਗੇ ਅਤੇ ਜਾਤੀ ਤੁਸੀਂ ਥੋੜ੍ਹਾ ਜਿਹਾ ਸ਼ੂਟ ਦਾ ਆਨੰਦ ਮਾਣੋ। ਆ ਭਾਅ ਜੀ ਮੇਰੀ ਵੀਡੀਓ ਬਣਾਉਂਦੇ ਹੋਏ ਅਤੇ ਮੈਂ ਇਹਨਾਂ ਦੀ ਲਓ ਜੀ, ਸਾਡਾ ਜਿਹੜਾ ਸ਼ੂਟਸ ਦਾ ਕੰਪਲੀਟ ਹੋ ਗਿਆ, ਹੁਣ ਅਸੀਂ ਨੈਕਸਟ ਲੋਕੇਸ਼ਨ 'ਤੇ ਜਾ ਰਹੇ ਹਾਂ, ਉਹ ਲੋਕੇਸ਼ਨ ਇਸ ਤੋਂ ਵੀ ਵਧੀਆ, ਔਰ ਹੁਣ ਅਸੀਂ ਨੈਕਸਟ ਲੋਕੇਸ਼ਨ ਹੋ ਗਏ।
शांत माहौल जी। सिंगर साहब मुकेश जी, दीपक जी, आ टेक तो बाद इन्हों तो ना छोटे छोटे अंतरे सुनांगे, गाने सुनांगे इन्हों को, जब शब्द सुनाना चाहो वो सुनांगे। ठीक है मुकेश जी, किदा लग रहा अज, किदा शूट किदा लगा तुम्हें अज? पहली बार है देखो जी, हेल्पर सारे काम के बारे भाजी, मल्टी टैलेंटर ने, मेकअप भी कर देना, धुआं भी बाल देना। हाँ जी मुकेश जी, तुसी जांदे जांदे कुछ दोस्तां नू दर्शकां नू सुनाना चाहते हो, जो अपने जो अज शूट होया उहदे बारे दसना चाहते हो? किदां एक्सपीरियंस रहा तुहाडा? एक्सपीरियंस बहुत वधिया सीगा, ते सानू बहुत कुछ सीखण नू मिलिया राकेश भाजी हुणां नाल, ते भाजी हुणां नाल काम करके। लो जी, साडा इत्थे इह सीगी साडी इह शूट दी लास्ट लोकेशन, हुण इत्थे साडा पूरा पैकअप हो गया है, बहुत वधिया शूट कंप्लीट हो गया है महाराज दी कृपा नाल, ते हुण तुहानू जल्द ही ये वीडियो जिहड़ी आ बुलेट टीवी चैनल दे माध्यम राहीं तुहानू जल्दी पेश कीती जाऊगी तुहाडे।